ਉਹ ਚੰਡੀਗੜ੍ਹ ਘਰ ਆਸ਼ਕੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ ਹੁਣ ਚੰਡੀਗੜ੍ਹ ਪਹੁੰਚ ਚੁੱਕੇ ਹਾਂ ਬਈ। ਨਿੰਮੇ ਨੂੰ ਅੱਜ ਇੰਨਾ ਕੁ ਚਾਅ ਚੜਿਆ, ਪਤੰਦਰ ਨੇ ਸਵੇਟਾ ਨੂੰ ਕੱਖ ਵੱਢਣ ਗਿਆ ਉਂਗਲੀ ਵਢਾ ਲਈ। ਦਿਖਾਈ ਨਿੰਮੇ, ਸਤਿ ਅਕਾਲ ਜੀ। ਨਾਲੇ ਆ ਦੇਖ ਲਓ, ਦੁੱਖ ਹੋ ਗਿਆ ਨਿੰਮੇ ਦੇ। ਫਿਰ ਕਹਿੰਦਾ ਪੱਟੀ ਕਰਾਉਣੀ ਆ, ਮੈਂ ਫਿਰ ਡਾਕਟਰ ਕੋਲ ਲੈ ਗਿਆ। ਫਿਰ ਇਹਨੂੰ ਡਾਕਟਰ ਕਹਿੰਦਾ ਟੀਕਾ ਲੱਗੂ, ਪੱਟੀ ਕਰੀ। ਡਾਕਟਰ ਨੇ ਤਾਂ ਟੀਕਾ ਲਾਇਆ, ਕਹਿੰਦਾ ਆਈ ਬੀਬੀ ਨਿੰਮੇ ਕਰਕੇ ਦਿਖਾਈ। ਆਈ ਬੀਬੀ ਤਾਂ ਭਾਈ ਲੱਗਦਾ ਹੀ, ਹੁਣ ਟੀਕੇ ਦਾ ਤਾਂ ਦੁੱਖ ਲੱਗਣਾ ਹੀ ਆ। ਕਹਿੰਦਾ ਆਈ ਬੀਬੀ, ਮੈਂ ਕਿਹਾ ਨਿੰਮੇ ਜਦ ਪੁੱਠੇ ਪੁੱਠੇ ਕੰਮ ਕਰਨੇ ਨੀ, ਕਾਹਲੀ ਦੇਖ ਕਿੰਨਾ ਚਾਅ ਚੜਿਆ ਨਿੰਮੇ ਨੂੰ, ਵੀ ਪਤੰਦਰ ਉਂਗਲੀ ਵਢਾ ਲਈ ਆਪਣੀ ਯਾਰ। ਚਲੋ ਮਾਰਦੀ ਕਿਰਪਾ ਨਾਲ ਅਸੀਂ ਹੁਣ ਚੰਡੀਗੜ੍ਹ ਪਹੁੰਚ ਗਏ ਹਾਂ ਅਤੇ ਇੱਥੇ ਗੱਡੀ ਲਾਈਏ ਕਿਤੇ ਨਿੰਮੇ, ਉਹਦੇ ਕੋਲ ਚੱਲਦੇ ਪੁਰਾਣੇ ਕੋਲ ਜਿੱਥੇ ਆਪਾਂ ਨੇ ਪਹਿਲਾਂ ਕੰਮ ਕਰਵਾਇਆ ਤਾਂ ਲੱਭੀ ਵਾਲੀ ਗੱਡੀ ਦਾ, ਪੰਜਾਬ ਪੁਲਿਸ ਵਾਲਾ ਤਾਂ ਮੈਂ ਕਰਵਾਇਆ ਤਾਂ ਮੈਟਲ ਹੋਇਆ ਤਾਂ ਗੱਡੀ ਦੇ ਵਿੱਚ, ਉਹਦੇ ਕੋਲ ਚੱਲਦੇ ਹਾਂ। ਚੱਲੀਏ, ਚੱਲ ਜੀ। ਆ ਗਿਆ ਜੀ ਭਾਈ 48 ਦੀ ਮੋਟਰ ਮਾਰਕੀਟ, ਫਿਰ ਆਪਾਂ ਨੇ ਇੱਧਰ ਨੂੰ ਮੁੜਨਾ ਹੈ। ਭਾਬੀ ਬੋਲੀ ਨਹੀਂ ਹੈਗੀ, ਹੁਣ ਭਾਬੀ ਨੇ ਕਿਆ ਬੋਲਣਾ ਬੰਦ ਹੋ ਗਈ। ਭਾਬੀ ਨੇ ਕਿਆ ਖਾ ਲਿਆ, ਭਾਬੀ ਬੋਲ, ਤੁਹਾਡਾ ਡੈਸਟੀਨੇਸ਼ਨ ਪਹੁੰਚ ਗਿਆ ਤੁਸੀਂ। ਵੱਟ ਲੈ ਬਾਈ, ਕਾਰਾਂ ਖੜੀਆਂ ਦੇਖ ਲੈ ਇੱਥੇ। 100 ਮੀਟਰਸ ਟਰਨ ਰਾਈਟ। ਅੱਜ ਬਾਈ ਦੀ ਗੱਡੀ ਗੱਡੀ ਉਹ ਗੱਡੀ ਹੋਰ ਆ ਗਈ ਇੱਥੇ ਯਾਰ, ਇੱਕ ਉਹਨੂੰ ਬਾਈ ਨੂੰ ਬੁਲਾ ਮਾੜਾ ਉੱਧਰ ਸਾਹਮਣੇ। ਕਿਹੜੇ ਨੂੰ? ਉਹ ਅੰਦਰ ਤੇ ਆ। ਨਿੰਮੇ ਸਾਰੀ ਗੱਡੀ ਪੱਟਦੀ ਤਾਂ ਹੀ ਲੋਟ ਹੋਊਗੀ, ਤਾਂ ਹੀ ਸਵਾਰ ਹੋਣੀ ਆ। ਪਾੜ ਝੀੜ ਕਰਕੇ ਰੱਖਤੀ ਬਾਈ ਨੇ ਉੱਧਰ ਪੂਰੀ, ਸਾਰੀ ਖੋਲਤੀ ਗੱਡੀ ਇੱਧਰ। ਲਓ ਜੀ ਹੁਣ ਸਾਡੀ ਗੱਡੀ ਅੰਦਰ ਤੇ ਪੱਟ ਆਉਣ ਲੱਗ ਗਈ ਆ। ਸਾਹਮਣੇ ਛੋਟੂ ਬੈਠਾ, ਇਹਨੂੰ ਮੈਂ ਨਾਲੇ ਲੈ ਜਾਣਾ ਪਿੰਡ ਨੂੰ। ਚੱਲੂਗਾ ਮੈਂ ਨਾਲੇ ਪਿੰਡ ਨੂੰ? ਹੈਂ, ਜਹਾਂ ਪਰ ਖੁਸ਼ ਹੈ, ਖੁਸ਼ ਹੈ। ਅਸੀਂ ਅੰਦਰ ਬੈਠੇ ਤੇ ਨਿੰਮਾ ਮੇਰੇ ਨਾ ਕੱਦਾ ਕੁਣੀਆਂ ਹੀ ਮਾਰੀ ਜਾਂਦਾ, ਐਂ ਕੁਣੀ ਹੀ ਮਾਰਦੇ ਕਰੇ, ਮੈਂ ਇਹਨੂੰ ਪਤਾ ਨਹੀਂ ਕਿਆ ਹੋਇਆ ਹੋਇਆ। ਕਹਿੰਦਾ ਮੇਰੇ 10 ਵਾਲੀ ਚਾਹ ਦਾ ਟਾਈਮ ਹੋ ਗਿਆ, ਤੇ ਮੈਂ ਕਿਹਾ ਜੀ 10-11-12 ਵੱਜ ਗਏ, ਹੁਣ ਤੈਨੂੰ ਚਾਹ ਦੇ ਨਾਲ ਇੱਕ 2-2 ਰੋਟੀਆਂ ਖਿਲਾਉਂਦੇ ਹਾਂ ਇੱਥੇ। ਬਾਈ ਆ ਉੱਧਰ ਲੱਗੇ ਹੋਏ ਇੱਧਰ ਪਾਲੇ ਪਾਸੇ, ਇਸ ਤੋਂ ਬਾਅਦ ਫਿਰ ਦੇਖਦੇ ਸ਼ਾਮ ਨੂੰ ਕਿੱਧਰ ਜਾਣਾ। ਫਿਰ ਹਲੇ ਟਾਈਮ ਕਿੰਨਾ ਲੱਗ ਜਾਂਦਾ, ਮੈਂ ਹੋਰ ਤੁਹਾਨੂੰ ਦੱਸ ਹੁਣ ਆਪਣਾ ਇੱਥੇ। ਟਾਈਮ ਤਾਂ ਬਸ ਥੋੜ੍ਹਾ ਹੀ ਲੱਗਣਾ, ਉਹਨਾਂ ਨੇ ਮੈਟ ਕਰ ਦੇਣੇ। ਤਕਰੀਬਨ ਸਾਨੂੰ 2 ਘੰਟੇ ਸਾਡੇ ਹੋਰ ਲੱਗ ਜਾਣ ਇੱਥੇ, ਉਸ ਤੋਂ ਬਾਅਦ ਫਿਰ ਵਿਹਲੇ ਹੋ ਜਾਣਾ, ਉਸ ਤੋਂ ਬਾਅਦ ਦੇਖਦੇ ਹਾਂ। ਫਿਰ ਚਿੰਬੜੇ ਹੋਏ ਆ ਬੰਦੇ, ਹਾਂ ਚਿੰਬੜੇ ਹੋਏ ਆ, ਲੱਗੇ ਬਜਾਰੇ ਹੌਲੀ ਹੌਲੀ ਲੱਗੇ ਹੋਏ, ਆਪਾਂ ਜ਼ਿਆਦਾ ਕਾਹਲੀ ਵੀ ਨਹੀਂ ਕਰਦੇ, ਅਸੀਂ ਵੀ ਆਰਾਮ ਨਾਲ ਆਏ ਹੋਏ ਆ, ਸਾਨੂੰ ਵੀ ਕਾਹਲੀ ਨਹੀਂ ਹੈਗੀ। ਹਾਂ ਕੋਈ ਕਾਹਲੀ ਨਹੀਂ ਸਾਨੂੰ, ਕੰਮ ਨਿਬੇੜ ਕੇ ਆਏ ਹੋਏ ਆ, ਕੰਮ ਨਿਬੇੜ ਕੇ ਆਏ ਹੋਏ ਹਾਂ। ਹਾਂ ਮੈਂ ਦੇਖਿਆ ਚੰਡੀਗੜ੍ਹ, ਫਿਰ ਹਾਂ ਜੀ ਹਾਂ ਬਈ ਚੰਡੀਗੜ੍ਹ ਬੜਾ ਫਾਸਟ ਹੈ, ਬਹੁਤ ਲੋਕ ਤਰੱਕੀ ਕਰ ਗਏ, ਥੋੜ੍ਹਾ ਫਾਸਟ ਹੈ ਇੱਥੇ ਪਿੰਡਾਂ ਪੁੰਡਾਂ ਦਾ ਜ਼ਿਆਦਾ, ਹੈ ਨਾ। ਹਾਂ ਵਧੀਆ ਹੈ, ਮਾਹੌਲ ਠੀਕ ਆ ਉਰੇ। ਤੈਨੂੰ ਇੱਥੇ ਨਾ ਲੈ ਦੇਈਏ ਕੋਠੀ ਨਿੰਮੇ ਚੰਡੀਗੜ੍ਹ, ਦੇਖ ਯਾਰ ਲੋਟ ਜਾ ਨਹੀਂ ਆਉਣਾ ਮੇਰਾ, ਤਾਂ ਡੰਗਰ ਖੇਤਾਂ ਮੇਰਾ ਸਰਦਾ ਨਹੀਂ ਹੈਗਾ। ਖੁੱਲ੍ਹਾ ਡੁੱਲਾ ਮਾਹੌਲ ਪਸੰਦ ਕਰਦਾ ਤੂੰ, ਇਹ ਘੁੱਟਣ ਜਿਹੜਾ ਮਾਹੌਲ ਨਹੀਂ ਪਸੰਦ ਕਰਦਾ ਹੈਗਾ, ਖੁੱਲ੍ਹਾ ਡੁੱਲਾ ਜਾਇਨ, ਠੀਕ ਹੈ ਨਿੰਮੇ। ਹਾਂ ਜੀ ਹਾਂ। ਲਓ ਜੀ ਨਿੰਮੇ ਤੇਰੀ ਰੋਟੀ ਆ ਗਈ ਆ, ਚੱਕ ਫਿਰ ਚੱਕ ਫੁਲਕਾ, ਰੱਜ ਕੇ ਖਾਈ, ਭੁੱਖਾ ਨਾ ਰਹਿ ਜੀ। ਇਹਦੇ ਬਾਅਦ ਤੈਨੂੰ ਚਾਹ ਪਿਲਾਉਂਦਾ ਫਿਰ, ਠੀਕ ਹੈ ਵੀਰੇ, ਚਾਹ ਵੀ ਨਾਲੇ ਬਣਾ ਦੇ ਫਿਰ। ਹਾਂ ਰੋਟੀ ਲਈ ਖਾ ਅਸੀਂ ਨਿੰਮੇ, ਕਿੱਦਾਂ ਲੱਗੀ ਰੋਟੀ? ਫਿਰ ਵਧੀਆ ਲੱਗੀ, ਖੁੱਲੇ ਡੁੱਲੇ ਮਾਹੌਲ ਚ ਖਾ ਕੇ ਬਹੁਤ ਵਧੀਆ। ਕਿਹਦੇ ਨਾਲ ਖਾ ਰੋਟੀ ਖਾਧੀ ਅੱਜ? ਦਾਲ ਮੱਖਣੀ, ਦਾਲ ਮੱਖਣੀ, ਗੋਭੀ, ਵਧੀਆ ਲੱਗੀ, ਖੁਸ਼ ਹੈ। ਹੋਰ ਕੁਛ ਖਾਣਾ ਤਾਂ ਨਹੀਂ? ਹੁਣ ਚਾਹ ਪੀ ਲੈਣੀ, ਕਿੰਨੇ ਵਾਲੀ ਚਾਹ ਤੇਰੀ? ਇਹ ਹੈਗੀ 10 ਵਜੇ ਵਾਲੀ, 10 ਵਜੇ ਵਾਲੀ ਚਾਹ। ਚੱਲ ਹੁਣ 12 ਵਜੇ ਵਾਲੀ ਚਾਹ ਕਹਿੰਦੇ ਬਈ। ਨਿੰਮੇ ਨੇ ਨਾ ਮੈਨੂੰ ਇੱਕ ਚੁਟਕਲਾ ਸੁਣਾਇਆ ਹੁਣੀ, ਮੇਰੇ ਤਾਂ ਪੱਖੇ ਅੰਦਰ ਕਰਾਤੀਆਂ। ਬੜਾ ਤਿਉਹਾਰ ਕਿਹੜਾ ਮਨਾਇਆ ਜਾਂਦਾ,
ਉਹਦਾ ਘਰ ਵਾਲਾ ਕਹਿੰਦਾ ਤੀਵੀਂ ਦਾ ਤਿਉਹਾਰ, ਤੀਵੀਂ ਦਾ ਤਿਉਹਾਰ ਮਨਾਇਆ ਜਾਂਦਾ ਵੇਖ ਆਪਣਾ ਸਭ ਤੋਂ ਅੱਜ ਕੱਲ੍ਹ ਦੀਵਾਲੀ ਜਾਂ ਮੇਲਾ ਏਦਾਂ ਆ ਨੀ ਜਾਂਦੇ ਤਿਉਹਾਰ ਆ ਜਾਂਦੇ, ਕੋਈ ਲੋਹੜੀ ਆ ਜਾਂਦਾ ਤਿਉਹਾਰ ਆ ਜਾਂਦਾ ਮਨਾਇਆ ਜਾਂਦਾ, ਕਿਹੜਾ ਤੀਵੀਂ ਦਾ ਤਿਉਹਾਰ ਮਨਾਇਆ ਜਾਂਦਾ? ਗੱਲ ਤਾਂ ਸੁਣ, ਕਹਿੰਦੇ ਵੀ ਉਹ ਕਾਹਦੇ ਕਹਿੰਦਾ ਹਫ਼ਤੇ ਚ ਦੋ ਤਿੰਨ ਪਹਿਲਾਂ ਤਾਂ ਮਨਾਉਣੇ ਪੈਂਦੀ ਆ ਵੀ ਉਹ ਤਿਉਹਾਰ ਹੈ ਸਮਝੇ, ਕਹਿੰਦਾ ਤੀਵੀਆਂ ਦਾ ਤਿਉਹਾਰ ਮਨਾਇਆ ਜਾਂਦਾ ਸਭ ਤੋਂ ਵੱਡਾ ਜਿਹੜਾ ਵੀ ਹਫ਼ਤੇ 'ਚ ਤਿੰਨ ਜਾਂ ਚਾਰ ਵਾਰ ਤਾਂ ਮਨਾਉਣੀ ਪੈਂਦੀ ਆ, ਹਫ਼ਤੇ 'ਚ ਤਿੰਨ ਚਾਰ ਪਹਿਲਾਂ ਮਨਾਉਣੀ ਪੈਂਦੀ ਆ, ਤਾਂ ਕਿਤੇ ਜਾ ਕੇ ਠੀਕ ਆ ਤਿਆਰ। ਦੇਖੋ ਜੀ ਰੋਟੀ ਸਭ ਤੋਂ ਪਹਿਲਾਂ ਮੈਂ ਖਾ ਲਈ ਅਤੇ ਚਾਹ ਸਭ ਤੋਂ ਪਹਿਲਾਂ ਮੈਂ ਪੀ ਲਈ, ਨਿੰਮਾ ਹਾਲੇ ਵੀ ਦੇ ਰੋਟੀ ਨੂੰ ਵੀ ਲੇਟ ਹੋ ਗਿਆ ਇਹ ਤੇ ਰੋਟੀ ਵੀ ਇਹਨੇ ਲੇਟ ਖਾਧੀ, ਸਵਾਦ ਲੈ ਲੈ ਕੇ ਖਾਧੀ, ਚਾਹ ਬਹੁਤ ਸਵਾਦ ਆ, ਲੌਂਗ ਲੈ ਇਹ ਸਵਾਦ ਵਾਲੇ ਨਹੀਂ ਹੈਗੀ, ਉੱਪਰ ਜਾ ਜਾਓ ਤਾਂ ਖੜੇ ਲੰਘ ਜਾਣ ਤੈਨੂੰ ਫਰਕ ਹੋ ਜਾਣਾ। ਇਹ ਸਵਾਦ ਵਾਲੇ ਇਹਦੇ 'ਚ ਕੋਈ ਮਤਲਬ ਨਹੀਂ ਹੈਗਾ, ਇਹ ਤੈਨੂੰ ਮੈਂ ਦੱਸ ਦਿੰਦਾ, ਤੂੰ ਰਹਿ ਗਿਆ ਪਿੱਛੇ, ਇਹ ਰਹਿ ਗਿਆ ਤੂੰ ਪਿੱਛੇ, ਲੋਕ ਹੋ ਗਏ ਫਾਸਟ ਜ਼ਿਆਦਾ, ਫਾਇਦਾ ਹੈਗਾ ਬਾਈ। ਹਾਂ ਦੇ ਰੋਟੀ ਵੀ ਦਿੱਤੇ ਪਹਿਲਾਂ ਤੇਜ਼ ਖਾ ਲਈ ਮੈਂ, ਚਾਹ ਵੀ ਤੇਰੇ ਤੋਂ ਪਹਿਲਾਂ ਪੀ ਲਈ ਮੈਂ, ਤੂੰ ਰਹਿ ਗਿਆ ਸਵਾਦ ਸਵਾਦ ਵਿੱਚ ਪਿੱਛੇ, ਇਹ ਸਵਾਦ ਛੱਡ ਅਤੇ ਦੁਨੀਆ ਤੋਂ ਅੱਗੇ ਨਿਕਲ, ਹੁਣ ਅੱਗੇ ਨਿਕਲ, ਹਾਂ ਅੱਗੇ ਨਿਕਲ, ਅੱਗੇ ਵਧੀਆ ਚੀਜ਼ ਆ ਇਹ। ਛੋਟੂ ਇਹਦਾ ਫਾਇਦਾ ਕਿਆ ਮੈਟ ਦਾ, ਇਹਦਾ ਫਾਇਦਾ ਕਿਆ ਮੈਟ ਦਾ, ਕਿਆ ਫਾਇਦਾ ਦੱਸ, ਚੱਲ ਹੋ ਇਧਰ ਮੂੰਹ ਕਰਕੇ ਦੱਸ ਮੈਨੂੰ, ਇਸਕਾ ਕਿਆ ਫਾਇਦਾ? ਇਸਕਾ ਫਾਇਦਾ ਹੈ ਹਾਂ, ਅਗਰ ਦੂਧ ਪਾਣੀ ਕੁਛ ਵੀ ਗਿਰ ਜਾਏ ਹਾਂ ਇਸੀ ਵਿੱਚ ਕੇ ਅੰਦਰ ਰਹਿ ਜਾਏਗਾ। ਅੱਛਾ ਅੱਛਾ ਅੱਛਾ, ਛੋਟੂ ਮੈਨੂੰ ਕਹਿੰਦਾ ਜੇ ਇਹਦੇ ਵਿੱਚ ਨਾ ਕੋਈ ਦੂਧ ਪਾਣੀ ਨੀਚੇ ਗਿਰ ਜਾਏ ਨਾ ਗੱਡੀ ਤੇ ਤਾਂ ਉਹ ਥੱਲੇ ਨਹੀਂ ਦਿਸੂਗਾ, ਇਹਦੇ ਵਿੱਚੇ ਰਹਿ ਜਾਊਗਾ। ਬਈ ਨਿੰਮੇ ਦਾ ਇੱਕ ਫੈਨ ਮਿਲਣ ਆਇਆ, ਬਾਲ ਸੈੱਟ ਕਰਨੇ ਆ, ਹੋਰ ਭਾਅ ਜੀ ਕੀ ਹਾਲ ਹੈ ਜੀ? ਤੁਹਾਨੂੰ ਕਿੱਦਾਂ ਲੱਭਿਆ ਫਿਰ ਤੁਸੀਂ ਸਾਨੂੰ? ਗੱਡੀ ਦੇ ਨੰਬਰ ਦੇ ਕੇ ਪਛਾਣ ਲਿਆ, ਵੈਰੀ ਗੁੱਡ, ਨਿੰਮਾ ਬੜਾ ਖੁਸ਼। ਭਾਅ ਜੀ ਸਾਨੂੰ ਮਿਲਣ ਆਇਆ, ਭਾਅ ਜੀ ਤੁਹਾਡਾ ਕੀ ਨਾਮ ਹੈ ਜੀ? ਨਿਪੁਨ। ਨਿਪੁਨ ਕਿੱਥੋਂ ਆਪਣੇ ਚੰਡੀਗੜ੍ਹ ਤੋਂ ਖਾਸ? ਹਾਂ ਭਾਅ ਜੀ ਪਿੱਛੋਂ ਮੈਂ ਹੁਸ਼ਿਆਰਪੁਰ ਡਿਸਟ੍ਰਿਕਟ ਦਾ, ਜੰਮਪਾਲ ਸਾਡੀ ਚੰਡੀਗੜ੍ਹ ਦੀ। ਅੱਛਾ ਚੰਡੀਗੜ੍ਹ, ਚੰਡੀਗੜ੍ਹ ਕੀ ਕੰਮ ਕਰਦੇ ਆ? ਭਾਅ ਜੀ ਆਪਣਾ ਡਾਕਟਰ ਦੀ ਮਾਰਕੀਟਿੰਗ ਪੋਲਿਟੀ ਦਾ ਕੰਮ ਹੈ ਜੀ। ਅੱਛਾ ਡਾਕਟਰੀ ਦਾ? ਹਾਂਜੀ। ਚਲੋ ਵਧੀਆ ਵਧੀਆ ਵਧੀਆ, ਮਿਲੋ ਜੀ ਨਿੰਮੇ ਨੂੰ ਜੀ। ਨਿੰਮੇ ਵੀਰ ਇੱਕ ਵਾਰੀ ਨਾ ਯਾਰ ਮੇਰੀ ਬੇਟੀ ਦਾ ਨਾਂ ਚੈਰੀ ਹੈ, ਉਹਨੂੰ ਮਾੜਾ ਜਿਹਾ ਕਹਿ ਦੇ ਵੀ ਐਂ ਕਰਦੇ, ਕਿਉਂਕਿ ਉਹਨੂੰ ਕਹਿੰਦੇ ਭਾਈ ਦੇਖਦੀ ਆ ਉਹ। ਹਾਂ ਕਹਿ ਭਾਈ ਕਿਆ ਕਹਿਣਾ ਜੀ? ਕਹਿੰਦੇ ਵੀ ਚੈਰੀ ਜੇ ਤੈਨੂੰ ਯਾਦ ਕਰ ਰਹੇ ਆਪਾਂ, ਦੂਲ ਗਈ ਉਹਨੂੰ ਮੈਂ ਘਰ ਦੇ। ਚੈਰੀ ਪੁੱਤਰ? ਚੈਰੀ ਪੁੱਤਰ, ਹਾਂ ਚੱਲ ਠੀਕ ਹੈ। ਨਿੰਮੇ ਭਾਈ ਹਾਂਜੀ, ਕੰਮ ਗਿਆ ਨਿਬੜ? ਹਾਂ ਜੀ। ਹੁਣ ਦੱਸ ਤੇਰੀ ਫਿਰ ਕਿਆ ਸੇਵਾ ਕਰਾਂ? ਸੇਵਾ ਤਾਂ ਹੁਣ ਬਸ ਘਰ ਨੂੰ ਚੱਲਦੇ ਆ। ਦੇਖ ਲੈ ਫਿਰ ਨਾ, ਮੈਨੂੰ ਕੋਈ ਰੋਪੜ ਆਇਆ ਚੰਡੀਗੜ੍ਹ ਆਇਆ ਕੁਛ ਖਾਇਆ ਪਿਲਾਇਆ ਨਹੀਂ? ਆਪਾਂ ਨਹੀਂ, ਆਪਾਂ ਨਹੀਂ ਕਹਿੰਦੇ ਹੈਗੇ, ਤੈਨੂੰ ਪਤਾ ਹੀ ਆ। ਹਾਂ ਆਪਣੀ ਆਦਤ ਨਹੀਂ ਨਾ ਹੈਗੀ, ਫਿਰ ਨਾ ਮੈਨੂੰ ਨਾ ਕਹੀ ਨਾ ਨਾ ਸੇਵਾ ਕਰਤਾ ਦਿੱਤੀ ਯਾਰ, ਹੁਣ ਆਪਾਂ ਰੋਟੀ ਪਾਣੀ ਖਾ ਲਿਆ, ਹੁਣ ਵਧੀਆ ਘੁੰਮ ਚੱਲਦੇ, ਕਿਤੇ ਪਾਪੂ ਵਿੱਚ ਬੈਠਦੇ ਜਾ ਕੇ, ਚੱਲ ਦੇਖ ਲੈਨੇ ਆ, ਚੱਲ ਦੇਖੀਏ ਫਿਰ ਕਿਤੇ ਜਗ੍ਹਾ। ਮੈਂ ਕਹਿੰਦਾ ਚੰਡੀਗੜ੍ਹ ਸ਼ਹਿਰ ਨਿਕਲ ਜਾਵੇ, ਟ੍ਰੈਫਿਕ ਬਹੁਤ ਜਾਮ ਹੋ ਜਾਂਦਾ। ਹਾਂ ਇਹ ਤਾਂ ਹਾਂ, ਜਾ ਕਿਤੇ ਦੇਖ ਲੈਂਦੇ, ਕਿਤੇ ਵੜ ਜਾ ਚੰਡੀਗੜ੍ਹ ਨਿਕਲ ਜਾ, ਚੰਡੀਗੜ੍ਹ ਟੱਪ ਬਸ ਤੂੰ, ਚੰਡੀਗੜ੍ਹ ਟੱਪ ਕੇ ਫਿਰ ਚੱਲਦੇ ਹੈ ਨਾ, ਚੱਲ ਨਿਕਲ ਜਾ ਫਿਰ ਮਾਰੀ ਸਲਮ। ਬਾਈ ਜੀ ਬੈਲਟ ਲਾ ਲਓ, ਚੰਡੀਗੜ੍ਹ ਲਾ ਲਈ? ਹਾਂ ਜੀ ਹਾਂ। ਬੈਲਟ ਕਿੱਦਾਂ ਲਾਈ ਹੈ ਇਹ? ਦੂਏ ਦੇਖਣਾ ਬਸ, ਆ ਦੇਖੋ ਜੀ ਇਹ ਬਾਹਰ ਥੱਲੇ ਕਰ, ਐਂ ਐਂ ਲਾ ਨਾ ਬੈਲਟ, ਠੀਕ ਹੈ? ਦੇਸੀ ਜੇ ਬੰਦੇ ਆ ਭਾਈ, ਹੁਣ ਪਤਾ ਨਹੀਂ ਦਾ ਦੇਸੀ ਬੰਦਿਆਂ ਨੂੰ ਕੀ ਪਤਾ ਹੈ, ਦੇਸੀ ਬੰਦੇ ਦੇਸੀ ਕੰਮ। ਦੇਖੋ ਜੀ ਸ਼ਾਮ ਦੇ 6 ਵੱਜ ਚੁੱਕੇ ਆ, ਇੰਨੀ ਕੁ ਟ੍ਰੈਫਿਕ ਜਾਮ ਹੋਈ ਹੋਈ ਆ, ਪੂਰਾ 1.5 ਘੰਟਾ ਹੋ ਗਿਆ ਸਾਨੂੰ ਟ੍ਰੈਫਿਕ 'ਚ ਫਸਿਆਂ ਨੂੰ, ਇਸ ਕਰਕੇ ਮੈਂ ਚੰਡੀਗੜ੍ਹ ਨਹੀਂ ਆਉਂਦਾ ਹੈਗਾ ਯਾਰ, ਆ 1.5 ਘੰਟਾ ਸਾਡਾ ਟ੍ਰੈਫਿਕ ਨੇ ਬਰਬਾਦ ਕਰਕੇ ਰੱਖਤਾ, ਗੱਡੀ ਹੌਲੀ ਹੌਲੀ ਤੁਰਦੀ। ਘਰ ਤੇ ਫੋਨ ਆ ਜਿਹੜੇ, ਕਿਆ ਕਰਦੇ ਕਿਆ ਕਰਦੇ ਆ, ਇਹ ਨਹੀਂ ਪਤਾ ਟ੍ਰੈਫਿਕ 'ਚ ਫਸੇ ਹੋਏ ਆ। ਚੱਲੀ 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 ਨਿੰਮੇ ਲੈਣ ਥੋੜ੍ਹੀ ਜਿਹੀ ਲਓ ਜੀ, ਖੜ ਗਈ ਫਿਰ ਇਹ, ਚੱਲੀ 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 ਚੱਲੀ, ਉਹਦੇ ਕਿੱਥੇ ਫਸਿਆ ਸਕੂਟਰ ਵਾਲਾ, ਲੈ ਦੱਸ ਥੱਲੇ ਆਉਣਾ ਹੀ ਨਾ, ਦੇਖ ਲੈ ਇਹਨੂੰ, ਮੈਂ ਕਰ ਲਾ ਗੱਬੇ ਲਾ ਲਾ, ਦੱਸ ਕਿੱਥੋਂ ਨੂੰ ਫਸਾਉਂਦਾ ਉਹਦੇ ਕੋਲ ਸਕੂਟਰ ਵਾਲਾ, ਉਹਨਾਂ ਇਕੱਠੇ ਕਰ ਦੇਣੀ। ਪੂਰੇ 3 ਘੰਟੇ ਲੱਗੇ ਸਾਨੂੰ ਪਿੰਡ ਪਹੁੰਚਣ ਨੂੰ, ਤੁਹਾਨੂੰ ਇੱਕ ਚੀਜ਼ ਦਿਖਾਵਾਂ, ਸੁੱਤਾ ਪਿਆ ਥੱਕ ਗਿਆ ਵਿਚਾਰਾ ਅੱਜ, ਉਹ ਨਾ ਗੱਡੀ ਵਿੱਚ ਇਹ ਪੂਰਾ ਕੰਫਰਟੇਬਲ ਜਿਹਾ ਨਹੀਂ ਹੁੰਦਾ ਹੈਗਾ, ਕਹਿੰਦਾ ਮੈਨੂੰ ਨਾ ਸਰਜਾ ਦਿਖਾਉਣ ਲੱਗ ਗਿਆ, ਅਤੇ ਖਾਧਾ ਪੀਤਾ ਰਸਤੇ ਵਿੱਚ,
ਟਾਈਮ ਹੋਇਆ ਨਹੀਂ ਤੇ ਨੱਠ ਭੱਜ ਵਿੱਚ ਰਹੇ ਹਾਂ। ਗੱਡੀ ਖੜ੍ਹ ਜਾਂਦੀ ਅੱਧਾ ਅੱਧਾ ਘੰਟਾ ਗੱਡੀ ਖੜ੍ਹੀ ਹੋ ਰਹਿੰਦੀ ਅਤੇ ਇੰਨੀ ਟ੍ਰੈਫਿਕ ਜਾਮ ਦੀ ਤੁਸੀਂ ਪੁੱਛੋ ਨਾ ਕੁਝ ਵੀ ਜਿਹੜਾ ਤੁਸੀਂ ਉਹ ਰੋਡ ਬਣਦਾ ਵੀ ਜਿੱਦਣ ਇਹ ਪੂਰਾ ਚਾਲੂ ਹੋ ਗਿਆ ਰੋਡ ਸਾਡਾ ਬਸ ਫਿਰ ਤਾਂ ਸਾਨੂੰ ਐਂ ਲੱਗਣਾ ਚੰਡੀਗੜ੍ਹ ਅਸੀਂ 35 ਮਿੰਟਾਂ ਚੰਡੀਗੜ੍ਹ ਪਹੁੰਚ ਜਾਣਾ। ਹੁਣ ਪੂਰੇ 2.5-3 ਘੰਟੇ ਲੱਗ ਗਏ ਸਾਨੂੰ ਉੱਥੇ ਦੇ ਆਉਣੇ ਨੂੰ, ਸ਼ਾਮ ਦੇ 7:15 ਹੋ ਚੁੱਕੇ ਆ। ਜੱਟ ਘਰ ਆ ਗਏ, ਉੱਠ ਹੋਰ ਕਿਆ ਉੱਤਰ ਚੱਲ ਚੱਲੀਏ ਹੁਣ। ਚਲੋ ਫਿਰ ਮੇਰੀ ਅੱਜ ਦੀ ਵੀਡੀਓ ਇੱਥੇ ਤੱਕ ਸੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ।